ਅੱਜ ਪਟਿਆਲਾ ਦੇ ਸਰਕਟ ਹਾਊਸ ਵਿਖੇ ਯੂਥ ਅਕਾਲੀ ਦਲ ਐਸ ਸੀ ਵਿੰਗ ਦੇ ਪ੍ਰਧਾਨ ਬਬਲੂ ਖੋਰਾ ਨੇ ਨੌਜਵਾਨਾਂ ਨੂੰ ਇੱਕ ਸਾਂਝੇ ਪਲੇਟਫਾਰਮ 'ਤੇ ਲਿਆਉਂਦੇ ਹੋਏ ਐਸ ਸੀ ਵਿੰਗ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਢਾਂਚੇ ਦਾ ਐਲਾਨ ਕੀਤਾ। ਇਸ ਮੌਕੇ ਮਾਲਵਾ ਜੋਂਡੂ ਦੇ ਪ੍ਰਧਾਨ ਹਰਪਾਲ ਜਨੇਜਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਦਾ ਮੁੱਖ ਏਜੰਡਾ ਵਿਕਾਸ ਹੈ ਅਤੇ 2007 ਦੀਆਂ ਚੋਣਾਂ ਅਤੇ 2012 ਦੀਆਂ ਚੋਣਾਂ 'ਚ ਐਸ ਸੀ ਵਿੰਗ ਭਾਈਚਾਰੇ ਦੀ ਅਹਿਮ ਭੂਮਿਕਾ ਰਹੀ ਹੈ ਅਤੇ ਉਹਨਾਂ ਕਿਹਾ ਕਿ ਆਉਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਐਸ ਸੀ ਵਿੰਗ ਭਾਈਚਾਰੇ ਦਾ ਅਹਿਮ ਯੋਗਦਾਨ ਰਹੇਗਾ। ਅੱਜ ਜਿਹੜੀ ਅਸੀਂ ਚੋਣ ਕੀਤੀ ਹੈ ਜੀ, ਸਰਦਾਰ ਸੁਖਬੀਰ ਸਿੰਘ ਜੀ, ਬਾਦਲ ਬਿਕਰਮ ਸਿੰਘ ਜੀ ਮਜੀਠੀਆ ਅਤੇ ਹਰਪਾਲ ਜਨੇਜਾ ਜੀ ਦੇ ਆਸ਼ੀਰਵਾਦ ਨਾਲ ਅਸੀਂ ਜਿਹੜੀ ਇਹ ਜ਼ਿਲ੍ਹੇ ਦੀ ਟੀਮ ਅਤੇ ਸ਼ਹਿਰ ਦੀ ਪਟਿਆਲੇ ਦੀ ਟੀਮ ਅਨਾਊਂਸ ਕੀਤੀ ਹੈ ਜੀ, ਜਿਹਦੇ ਵਿੱਚ ਜਿਵੇਂ ਤੁਸੀਂ ਪੁੱਛਿਆ ਵੀ ਸਾਰੇ ਪਾਰਦਰਸ਼ਤਾ ਨਾਲ, ਸਾਰੇ ਜਿਨ੍ਹਾਂ ਨੇ ਪਾਰਟੀ ਲਈ ਪੁਰਾਣੇ ਸਮੇਂ ਤੋਂ ਕੰਮ ਕਰਦੇ ਆ ਰਹੇ ਨੇ, ਟਕਸਾਲੀ ਆਗੂ, ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼੍ਰੀ ਹਰਪਾਲ ਜਨੇਜਾ ਜੀ ਦੀ ਆਗਿਆ ਅਤੇ ਸੁਖਬੀਰ ਜੀ ਦੀ ਆਗਿਆ ਦੇ ਨਾਲ ਜੋ ਟਕਸਾਲੀ ਸਾਡੇ ਪਰਿਵਾਰ ਨੇ ਉਹਨਾਂ ਨੂੰ ਚੁਣਿਆ ਗਿਆ ਅਤੇ ਜਿਹੜੇ ਸਾਡੇ ਨਾਲ ਨਵੇਂ ਆ ਕੇ ਜੁੜ ਰਹੇ ਨੇ ਕਾਂਗਰਸ ਦੇ ਵਿੱਚੋਂ, ਆਮ ਆਦਮੀ ਪਾਰਟੀ ਦੇ ਵਿੱਚੋਂ, ਉਹਨਾਂ ਦੀ ਚੋਣ ਅਸੀਂ ਕੀਤੀ ਹੈ ਜੀ। ਸਾਡਾ ਮੁੱਖ ਟੀਚਾ ਇਹੀ ਹੈ ਜੀ, ਇੱਕ ਤਾਂ ਅਸੀਂ ਜਿਹੜਾ ਪੰਜਾਬ ਜਿਹੜਾ ਐਸ ਸੀ ਵਿੰਗ ਦੀ ਇਹ ਟੀਮ ਅੱਜ ਅਨਾਊਂਸ ਕੀਤੀ ਹੈ, ਇੱਕ ਤਾਂ ਇਹ ਹਰਪਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਨੂੰ ਉੱਚਾ ਚੱਕਣ ਲਈ ਕੰਮ ਕਰੂਗੀ ਅਤੇ ਪਾਰਟੀ ਦੀ ਹਮੇਸ਼ਾ ਚੜ੍ਹਦੀ ਕਲਾ ਲਈ ਕੰਮ ਕਰੂਗੀ। ਜਿਹੜਾ ਸਾਡੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ 25 ਸਾਲ ਰਾਜ ਕਰਨ ਦਾ ਸੁਪਨਾ ਆ, ਵਾਲਮੀਕਿ ਸਮਾਜ ਹੈ ਉਹਨਾਂ ਨੂੰ ਵਿਸ਼ਵਾਸ ਦਵਾਉਂਦਾ, ਇਹ ਸੁਪਨਾ 25 ਸਾਲ ਤੋਂ ਵੀ ਅਸੀਂ ਹੋਰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰਾਂਗੇ। ਐਸ ਸੀ ਵਿੰਗ ਦੀ ਅੱਜ ਢਾਂਚੇ ਦਾ ਐਲਾਨ ਕੀਤਾ, ਉਸ ਵਿੱਚ ਮੈਨੂੰ ਬੜੀ ਖੁਸ਼ੀ ਹੈ। ਜਿਹੜੇ ਬਬਲੂ ਖੋਰਾ ਸਾਡੇ 5 ਜ਼ਿਲ੍ਹਿਆਂ ਦੇ ਪ੍ਰਧਾਨ ਨੇ, 5 ਹਲਕਿਆਂ ਦੇ ਪ੍ਰਧਾਨ ਨੇ, ਉਹਨਾਂ ਨੇ ਅੱਜ ਆਪਦੇ ਅੱਗੇ ਪਟਿਆਲਾ ਸ਼ਹਿਰ ਦੀ ਬੋਡੀ ਅਤੇ 4 ਹਲਕਿਆਂ ਦੇ ਜਿਹੜੇ ਨੁਮਾਇੰਦੇ ਬਣਾਏ ਨੇ, ਬਹੁਤ ਮਿਹਨਤੀ ਬੰਦੇ ਪੁਰਾਣੇ ਚੁਣ ਕੇ ਅੱਜ ਉਹਨੂੰ ਅਹੁਦੇਦਾਰੀਆਂ ਦਿੱਤੀਆਂ, ਤਾਂ ਜੋ ਇਹ ਅੱਗੇ ਜਾ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦਾ ਸਪਨਾ 25 ਸਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ, ਉਹਨੂੰ ਪੂਰਾ ਕੀਤਾ ਜਾ ਸਕਦਾ। ਮੇਰੀ ਇੱਕੋ ਇੱਕ ਕੋਸ਼ਿਸ਼ ਹੈ, ਤੁਸੀਂ ਮੇਰੇ ਪਰਿਵਾਰ ਨੂੰ ਅਤੇ ਮੈਨੂੰ ਚੰਗੀ ਤਰ੍ਹਾਂ ਜਾਣਦੇ ਹੋ, ਮੈਂ ਕਿਸੇ ਵੀ ਗਲਤ ਅਨਸਰ ਨੂੰ ਆਪਦੇ ਨਾਲ ਨਹੀਂ ਲਾਉਣਾ ਚਾਹੁੰਦਾ। ਜੇ ਕਿਤੇ ਕੋਈ ਇਹੋ ਜਿਹੀ ਗੱਲ ਕਿਸੇ ਬੰਦੇ ਦੀ ਨਿਕਲਦੀ ਹੈ ਤਾਂ ਉਹਨੂੰ ਤੁਰੰਤ ਇਸ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਜਾਊ। ਮੈਨੂੰ ਪਾਰਟੀ 'ਚ ਮਿਹਨਤ ਵਾਲੇ ਅਤੇ ਚੰਗੇ ਬੰਦੇ ਕੰਮ ਕਰਨੇ ਚਾਹੀਦੇ। ਆਪ ਜੀ ਦੇਖ ਰਹੇ ਹੋ ਪਟਿਆਲਾ ਟੀਵੀ, ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ। ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ।